ਸਤਿ ਸ਼੍ਰੀ ਅਕਾਲ ਸਾਡੇ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਜਸੀ ਕੌਰ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਬੀਤੀ ਰਾਤ ਹੈਮਿਲਟਨ ਦੇ ਵਿੱਚ ਇੱਕ ਰੂਟੀਨ ਚੈੱਕ ਪੁਆਇੰਟ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਇੱਕ ਪੁਲਿਸ ਆਫਿਸਰ ਦੇ ਉੱਤੇ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਇਸ ਘਟਨਾ ਦੇ ਵਿੱਚ ਪੁਲਿਸ ਆਫਿਸਰ ਜ਼ਖਮੀ ਹੋ ਗਿਆ ਤੇ ਉਸਦੇ ਮੋਢੇ ਦੇ ਉੱਤੇ ਗੋਲੀ ਲੱਗੀ ਹੈ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਦੱਸ ਦਈਏ ਕਿ ਘਟਨਾ ਬੈਂਕਫੁੱਟ ਸਟਰੀਟ ਦੀ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਕਾਰ ਦੇ ਵਿੱਚੋਂ ਨਿਕਲ ਕੇ ਇੱਕ ਪੁਲਿਸ ਆਫਿਸਰ ਦੇ ਉੱਤੇ ਗੋਲੀ ਚਲਾਈ ਗਈ ਇਸ ਦੇ ਨਾਲ ਹੀ ਇਸ ਵਿਅਕਤੀ ਦੀ ਗੱਡੀ ਨੂੰ ਸਵੇਰੇ 4 ਵਜੇ ਇੱਕ ਹੋਰ ਸਟਾਰਵੁੱਡ ਸਟਰੀਟ ਦੇ ਉੱਤੋਂ ਬਰਾਮਦ ਕਰ ਲਿਆ ਗਿਆ ਤੇ ਕੁਝ ਸਮੇਂ ਬਾਅਦ ਇਸ 23 ਸਾਲਾ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਗਨ ਵੀ ਬਰਾਮਦ ਕਰ ਲਈ ਗਈ ਹੈ ਹੁਣ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਇਸ ਦੇ ਉੱਤੇ ਵੱਖ-ਵੱਖ ਚਾਰਜਸ ਲਗਾਏ ਜਾਣਗੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੱਲੋਂ ਇਹ ਕਨਫਰਮ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਉਹਨਾਂ ਦੇ ਪਾਰਟਨਰਸ ਦੇ ਲਈ ਵਿਜ਼ਿਟਰ ਵੀਜ਼ੇ ਦੀਆਂ ਫਾਈਲਾਂ ਲਗਾਈਆਂ ਗਈਆਂ ਸਨ ਉਹ ਸਾਰੀਆਂ ਹੁਣ ਕੈਨਸਲ ਕਰ ਦਿੱਤੀਆਂ ਜਾਣਗੀਆਂ ਦੱਸ ਦਈਏ ਕਿ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ 50,000 ਦੇ ਕਰੀਬ ਲੋਕਾਂ ਦੀਆਂ ਫਾਈਲਾਂ ਕੈਨਸਲ ਕੀਤੀਆਂ ਜਾਣਗੀਆਂ ਤੇ ਉਹਨਾਂ ਦੀ ਵੀਜ਼ਾ ਫੀਸ ਵੀ ਰਿਫੰਡ ਕੀਤੀ ਜਾਏਗੀ ਇਸ ਦੇ ਵਿੱਚ ਸਟੂਡੈਂਟਸ ਵਿਜ਼ਿਟਰ ਤੇ ਵਰਕ ਵੀਜ਼ਾ ਧਾਰਕ ਸ਼ਾਮਲ ਹੋਣਗੇ ਇਸ ਫੈਸਲੇ ਦੇ ਨਾਲ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਲੋਕੀ ਜੋ ਕਿ ਆਪਣੇ ਪਾਰਟਨਰਸ ਨੂੰ ਦੁਬਾਰਾ ਮਿਲਣ ਦੀ ਉਮੀਦ ਲਗਾਈ ਬੈਠੇ ਸੀ ਉਹ ਇਸ ਸਮੇਂ ਕਾਫੀ ਨਾਖੁਸ਼ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਸ ਦੇ ਉੱਤੇ ਕਾਫੀ ਲੋਕਾਂ ਵੱਲੋਂ ਆਪਣੇ ਨਿਰਾਸ਼ਾ ਵੀ ਜਤਾਈ ਗਈ ਹੈ ਲੋਕਾਂ ਨੂੰ ਇੰਤਜ਼ਾਰ ਸੀ ਆਪਣੇ ਪਰਿਵਾਰਾਂ ਦੇ ਨਾਲ ਦੁਬਾਰਾ ਤੋਂ ਮਿਲਣ ਦਾ ਪਰ ਹੁਣ ਇਹ ਇੰਤਜ਼ਾਰ ਸੱਚ ਦੇ ਵਿੱਚ ਬਦਲਦਾ ਨਹੀਂ ਦਿਖ ਰਿਹਾ ਖਾਸ ਕਰਕੇ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਅਰੇਂਜ ਮੈਰਿਜ ਹੋਈ ਹੈ ਖਾਸ ਕਰਕੇ ਭਾਰਤੀ ਰੀਤੀ ਰਿਵਾਜ਼ਾਂ ਦੇ ਨਾਲ ਦੱਸ ਦਈਏ ਕਿ 2019 ਦੇ ਵਿੱਚ ਵੀ ਕਲਚਰਲ ਅਰੇਂਜ ਮੈਰਿਜ ਦੇ ਕਰਕੇ ਬਹੁਤ ਸਾਰੀਆਂ ਫਾਈਲਾਂ ਮਿਨਿਸਟਰੀ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਸੀ ਉਧਰ ਇੱਕ ਇਮੀਗ੍ਰੇਸ਼ਨ ਲਾਇਰ ਦੇ ਮੁਤਾਬਕ ਇਹ ਫੈਸਲਾ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਕਿਹਾ ਕਿ 2019 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਸੀ ਜਦੋਂ ਮਿਨਿਸਟਰ ਦੇ ਇੱਕ ਸਾਈਨ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੀਆਂ ਕਲਚਰਲ ਅਰੇਂਜ ਮੈਰਿਜ ਦੀਆਂ ਐਪਲੀਕੇਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਉਸ ਸਮੇਂ ਇਮੀਗ੍ਰੇਸ਼ਨ ਵੱਲੋਂ ਕਿਹਾ ਗਿਆ ਸੀ ਕਿ ਅਜਿਹਾ ਦੁਬਾਰਾ ਨਹੀਂ ਹੋਏਗਾ ਤੇ ਇਸ ਨੂੰ ਫਿਕਸ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਪਰ ਇੱਕ ਵਾਰੀ ਫੇਰ ਤੋਂ ਉਹੀ ਚੀਜ਼ ਦੁਬਾਰਾ ਦੁਹਰਾਈ ਗਈ ਫਿਲਹਾਲ ਇਸ ਸਭ ਦੇ ਉੱਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਕੀ ਕਹਿਣਾ ਹੋਏਗਾ ਇਹ ਹਜੇ ਕਿਸੇ ਨੂੰ ਨਹੀਂ ਪਤਾ ਪਰ ਇਸ ਫੈਸਲੇ ਦੇ ਨਾਲ ਹਜ਼ਾਰਾਂ ਲੋਕੀ ਨਿਰਾਸ਼ ਜ਼ਰੂਰ ਹੋਏ ਨੇ ਓਟਾਗੋ ਦੇ ਏਅਰਟਾਊਨ ਦੇ ਵਿੱਚ ਇੱਕ ਹੌਟ 에ਅਰ ਬਲੂਨ ਕ੍ਰੈਸ਼ ਹੋਣ ਦੇ ਕਾਰਨ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਉਧਰ ਪੁਲਿਸ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ ਕਿ ਐਮਰਜੈਂਸੀ ਸਰਵਿਸਿਜ਼ ਦੇ ਮੁਤਾਬਕ ਹੌਟ 에ਅਰ ਬਲੂਨ ਦੇ ਤੇਜ਼ ਹਵਾ ਦੇ ਕਾਰਨ ਤੇ ਨਾਲ ਦੀ ਨਾਲ ਦਰਖਤਾਂ ਦੇ ਵਿੱਚ ਵੱਜਣ ਦੇ ਕਾਰਨ ਇਹ ਦੁਰਘਟਨਾ ਗ੍ਰਸਤ ਹੋਇਆ ਦੱਸ ਦਈਏ ਕਿ ਇਹ ਘਟਨਾ ਬੀਤੇ ਦਿਨ ਸਵੇਰੇ 10 ਵਜੇ ਦੀ ਹੈ ਉਧਰ ਕੁਇਨਸਟਾਊਨ ਲੇਕਸ ਮੇਅਰ ਦੇ ਮੁਤਾਬਕ ਇਸ ਘਟਨਾ ਦੇ ਵਿੱਚ 11 ਲੋਕੀ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਇਸ ਸਮੇਂ ਹਸਪਤਾਲ ਭਰਤੀ ਕਰਵਾਇਆ ਗਿਆ ਉਧਰ ਟਰਾਂਸਪੋਰਟ ਐਕਸੀਡੈਂਟ ਇਨਵੈਸਟੀਗੇਸ਼ਨ ਕਮਿਸ਼ਨਰ ਦੇ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬੈਲੂਨ ਹਾਦਸਾ ਗ੍ਰਸਤ ਹੋਇਆ ਹੈਲਥ ਅਥਾਰਟੀਜ਼ ਦੇ ਵੱਲੋਂ ਮੈਨੇਜ ਆਈਸੋਲੇਸ਼ਨ ਕੁਆਰੰਟੀਨ ਫੈਸਿਲਿਟੀਜ਼ ਦੇ ਵਿੱਚ ਹੁਣ ਰਨਿੰਗ ਜਾਂ ਫਿਰ ਹੈਵੀ ਐਕਸਰਸਾਈਜ਼ ਕਰਨ ਤੇ ਬੈਨ ਲਗਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੀਤੇ ਮਹੀਨੇ ਮੈਨੇਜ ਆਈਸੋਲੇਸ਼ਨ ਕੁਆਰੰਟੀਨ ਫੈਸਿਲਿਟੀ ਦੇ ਲਈ ਇੱਕ ਨਵਾਂ ਰੂਲ ਹੈਲਥ ਅਥਾਰਟੀਜ਼ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਸ ਦੇ ਵਿੱਚ ਕਿਸੇ ਨੂੰ ਵੀ ਹੈਵੀ ਐਕਸਰਸਾਈਜ਼ ਜਾਂ ਫਿਰ ਰਨਿੰਗ ਨਹੀਂ ਕਰਨ ਦਿੱਤੀ ਜਾਏਗੀ ਜਿਸ ਨਾਲ ਉਹਨਾਂ ਦਾ ਸਾਹ ਫੁੱਲੇ ਜਾਂ ਫਿਰ ਪਸੀਨਾ ਆਵੇ ਹੈਲਥ ਮਿਨਿਸਟਰੀ ਦੇ ਮੁਤਾਬਕ ਸਾਹ ਤੇਜ਼ ਆਉਣ ਦੇ ਨਾਲ ਕੋਵਿਡ-19 ਦੇ ਕਣ ਵੀ ਹਵਾ ਦੇ ਕਣਾਂ ਨਾਲ ਮਿਕਸ ਹੋ ਜਾਂਦੇ ਨੇ ਜਿਸ ਦੇ ਨਾਲ ਕੋਵਿਡ-19 ਟ੍ਰਾਂਸਮਿਸ਼ਨ ਦੇ ਚਾਂਸਸ ਸਭ ਤੋਂ ਵੱਧ ਹੁੰਦੇ ਨੇ ਉਧਰ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲੋਇਮੈਂਟ ਦੇ ਤਹਿਤ ਕੋਵਿਡ-19 ਵਾਇਰਸ ਵੀ ਹਰ ਇੱਕ ਵਾਇਰਸ ਦੀ ਤਰ੍ਹਾਂ ਹਵਾ ਦੇ ਵਿੱਚੋਂ ਹੀ ਇੱਕ ਦੂਜੇ ਨੂੰ ਫੈਲਦਾ ਹੈ ਇਸ ਕਰਕੇ ਅਜਿਹੀਆਂ ਐਕਸਰਸਾਈਜ਼ ਤੇ ਬੈਨ ਲਗਾਇਆ ਗਿਆ ਇਸ ਫੈਸਲੇ ਦੇ ਨਾਲ ਹਾਲਾਂਕਿ ਬਹੁਤ ਸਾਰੇ MAQ ਦੇ ਵਿੱਚ ਰਹਿਣ ਵਾਲੇ ਲੋਕੀ ਨਿਰਾਸ਼ ਨਜ਼ਰ ਆ ਰਹੇ ਨੇ ਗੱਲ ਕਰੀ ਐਂਡਰੀ ਬੈਂਕ ਦੀ ਜੋ ਕਿ ਐਕਸਰਸਾਈਜ਼ ਕਰ ਰਹੀ ਸੀ ਤੇ ਉਸਨੂੰ ਸਿਕਿਉਰਿਟੀ ਗਾਰਡ ਨੇ ਜਾ ਕੇ ਰੋਕ ਦਿੱਤਾ ਜਿਸ ਤੋਂ ਬਾਅਦ ਉਸ ਨੇ ਇਸ ਦੀ ਕੰਪਲੇਂਟ ਵੀ ਕੀਤੀ ਉਸ ਮੁਤਾਬਕ ਉਸਨੂੰ ਕੋਵਿਡ-19 ਦੀ ਵੈਕਸੀਨ ਲੱਗੀ ਹੋਈ ਹੈ ਤੇ ਐਕਸਰਸਾਈਜ਼ ਦੇ ਸਮੇਂ ਉਸਨੇ ਮਾਸਕ ਲਗਾਇਆ ਹੋਇਆ ਸੀ ਫਿਰ ਵੀ ਉਸਨੂੰ ਐਕਸਰਸਾਈਜ਼ ਕਰਨ ਤੋਂ ਮਨਾ ਕੀਤਾ ਗਿਆ ਫਿਲਹਾਲ ਇਸ ਸਮੇਂ ਸਰਕਾਰ ਦੇ ਵੱਲੋਂ MAQ ਦੇ ਵੀ ਰੂਲਸ ਸਖਤ ਕੀਤੇ ਜਾ ਰਹੇ ਨੇ ਜੋ ਕਿ ਆਮ ਲੋਕਾਂ ਦੇ ਲਈ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ ਇਸ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਤਰੀਨ ਜਾਣਕਾਰੀਆਂ ਦੇ ਲਈ ਤੁਸੀਂ ਬਣੇ ਰਹੋ ਸਾਡੇ ਵਾਲਾ ਟੀਵੀ ਦੇ ਨਾਲ ਹੁੰਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ